कोरोना पीडਤਾਂ ਦੀ ਮਦਦ ਲਈ ਪੰਜਾਬ ਸਰਕਾਰ ਦੇ ਨਾਲ ਕਾਦੀਆਂ ਵਿਧਾਨ ਸਭਾ ਹਲਕੇ ਦੇ ਵਿਧਾਇਕ ਫਤਈ ਜੰਗ ਸਿੰਘ ਬਾਜਵਾ ਵੀ ਅੱਗੇ ਆਏ ਹਨ ਵਿਧਾਇਕ ਫਤਈ ਜੰਗ ਸਿੰਘ ਬਾਜਵਾ ਦੀ ਅਗਵਾਈ ਹੇਠ ਚੱਲ ਰਹੇ ਸਤਬਚਨ ਫਾਊਂਡੇਸ਼ਨ ਵੱਲੋਂ 코로나 ਪੀੜਤ ਮਰੀਜ਼ਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਦੇਣ ਦਾ ਨਿਵੇਕਲਾ ਤੇ ਨੇਕ ਉਪਰਾਲਾ ਕੀਤਾ ਗਿਆ ਹੈ 코로나 ਪੀੜਤਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਫਤਈ ਕਿੱਟ ਵਾਂਗ ਸਤਬਚਨ ਫਾਊਂਡੇਸ਼ਨ ਵੱਲੋਂ ਵੀ ਸਤਬਚਨ ਮੈਡੀਕਲ ਕਿੱਟ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ਇਸ ਕਿਟ ਵਿੱਚ ਸਿਹਤ ਵਿਭਾਗ ਵੱਲੋਂ ਰეკਮੈਂਡਡ ਦਵਾਈਆਂ ਆਕਸੀਮੀਟਰ థਰਮਾਮੀਟਰ ਸੈਨੀਟਾਈਜ਼ਰ ਸਟੀਮਰ ਅਤੇ ਮਾਸਕ ਹਨ ਕੋਵਿਡ ਵਰਗੀ ਮਹਾਮਾਰੀ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਆਪਣੇ ਨੇਤਾਵਾਂ ਵੱਲ ਦੇਖ ਰਹੀ ਸੀ ਵੱਖ-ਵੱਖ ਪਾਰਟੀ ਦੇ ਨੇਤਾਵਾਂ ਵੱਲ ਕਿ ਉਹਨਾਂ ਦੇ ਨੇਤਾ ਪੰਜਾਬ ਦੀ ਜਨਤਾ ਲਈ ਕੀ ਕਰਦੇ ਨੇ ਸੋ ਪਹਿਲ ਕੀਤੀ ਹੈ ਕਾਦੀਆਂ ਤੋਂ ਫਤੇ ਜੰਗ ਸਿੰਘ ਬਾਜਬਾ ਹਲਕਾ ਕਾਦੀਆਂ ਤੋਂ ਐਮਐਲਏ ਨੇ ਸੋ ਉਹਨਾਂ ਵੱਲੋਂ ਪੰਜਾਬ ਸਰਕਾਰ ਦੀ ਤਰਜ਼ ਤੇ ਹੀ ਇੱਕ ਕਰੋਨਾ ਕਿਟ ਜਿਹੜੀ ਉਹ ਬਣਾਈ ਗਈ ਉਹ ਕਿਟ ਦਾ ਮਕਸਦ ਕੀ ਕਿ ਸੰਸਥਾ ਦੇ ਨਾਲ ਕਿ ਸੰਸਥਾ ਵੱਲੋਂ ਇਹ ਕਿਟ ਤਿਆਰ ਕਰਕੇ ਜਿਹੜੀ ਹੈ ਕਾਦੀਆਂ ਹਲਕੇ ਦੇ ਲਈ ਵੰਡੀ ਜਾਏਗੀ ਸੋ ਬੱਸ ਵਸ ਇਹ ਜੋ ਕਰੋਨਾ ਕਿਟ ਜੋ ਅਸੀਂ ਕਹਿੰਦੇ ਪੰਜਾਬ ਸਰਕਾਰ ਦੀ ਤਰਸ ਤੇ ਹੀ ਸੀ ਮੈਸਾ ਹੀ ਇੱਕ ਪੈਕੇਟ ਕਿਟ ਤਿਆਰ ਕੀਤੀ ਗਈ ਹੈ ਇਹ ਕਿਟ ਕਿਸ ਸੰਸਥਾ ਵੱਲੋਂ ਔਰ ਇਹ ਆਈਡੀਆ ਹੋਂਕਾ ਹੈ ਦੇਖੋ ਅਸੀਂ ਅੱਜ ਤੋਂ 3 ਸਾਲ ਪਹਿਲੇ ਸਤਮਚਨ ਫਾਊਂਡੇਸ਼ਨ ਬਣਾਈ ਸੀ ਜਿਹੜੀ ਕਿ ਸਾਡੇ ਪਿਤਾ ਜੀ ਦੇ ਨਾਂ ਸਤਨਾਮ ਔਰ ਮਾਤਾ ਜੀ ਗੁਰਬਚਨ कौर ਦੇ ਨਾਂ ਤੇ ਸਤਬਚਨ ਵੈਲਫੇਅਰ ਫਾਊਂਡੇਸ਼ਨ ਬਣਾਈ ਸੀ ਔਰ ਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਸੇਵਾ ਲੈਂਦੇ ਆ ਹੋਰ ਤੁਸੀਂ ਕੁਝ ਨਹੀਂ ਕਰ ਸਕਦੇ ਆਪਣੇ ਵਡੇਰਿਆਂ ਕਰਕੇ ਕੁਝ ਨਾ ਕੁਝ ਤੁਸੀਂ ਲੋਕਾਂ ਦੀ ਸੇਵਾ ਦੇ ਵਿੱਚ ਪਾਉਂਦੇ ਹੋ ਤੇ ਅਸੀਂ ਜਦੋਂ ਕੋਵਿਡ ਸ਼ੁਰੂ ਹੋਇਆ ਮਾਰਚ 2020 ਦੇ ਵਿੱਚ ਅਸੀਂ ਬਹੁਤ ਰਾਸ਼ਨ ਯਾਨੀ ਕਿ ਉਦੋਂ ਵੀ ਫਿਲਮ ਸਾਰੀਆਂ ਔਰ ਅਖਬਾਰਾਂ ਜਾਂਦਾ ਰਿਹਾ ਅਸੀਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਉਹ ਸਾਡਾ ਇੱਕ ਇਖਲਾਕੀ ਫਰਜ਼ ਬੰਦਾ ਸੀ ਕੁਦਰਤੀ ਸੈਕੰਡ ਵੇਵ ਜਿਹੜੀ ਕੋਵਿਡ ਦੀ ਆਈ ਹੈ ਇਹ ਬੜੀ ਖਤਰਨਾਕ ਆਈ ਦੁਬਾਰਾ ਇੰਡੀਆ ਔਰ ਖਾਸ ਕਰਕੇ ਪੰਜਾਬ ਨੂੰ ਬਹੁਤ ਇਫੈਕਟ ਕੀਤਾ ਹੈ ਇਹਦੇ ਵਿੱਚ ਜਿਹੜੀਆਂ ਫਤੇ ਕਿਟਸ ਸਰਕਾਰ ਨੇ ਬਣਾਈਆਂ ਸੀ ਉਹਦੀ ਸ਼ਾਰਟੇਜ ਆਣੀ ਸ਼ੁਰੂ ਹੋ ਗਈ ਔਰ ਅਸੀਂ ਇਹ ਸੋਚਿਆ ਵੀ ਮੇਰੇ ਹਲਕੇ ਦੇ ਲੋਕ ਮੇਰੇ ਇਲਾਕੇ ਦੇ ਲੋਕ ਇਹ ਚੀਜ਼ ਨੂੰ ਫੀਲ ਨਾ ਕਰਨ ਵੀ ਸਾਨੂੰ ਸਰਕਾਰ ਵੱਲੋਂ ਕੋਈ ਚੀਜ਼ ਮੁਹੱਈਆ ਨਹੀਂ ਕਰਾਈਗੀ ਅਸੀਂ ਫਿਰ ਸਤ ਬਚਨ ਫਾਊਂਡੇਸ਼ਨ ਵੱਲੋਂ 5 ਐਂਬੂਲੈਂਸਸ ਔਰ 2000 ਜਿਹੜੀ ਸਤ ਬਚਨ ਵੈਲਫੇਅਰ ਮੈਡੀਕਲ ਕਿਟ ਹੈ ਜਿਹੜਾ ਪੰਜਾਬ ਸਰਕਾਰ ਨੇ ਜੋ-ਜੋ ਚੀਜ਼ਾਂ ਆਪਣੀ ਮੈਡੀਕਲ ਕਿਟ ਚ ਪਾਈਆਂ ਉਤੋਂ ਪਲੱਸ ਹੋਣ ਗਿਆ ਮਾਈਨਸ ਨਹੀਂ ਨੇ ਔਰ ਅਸੀਂ ਹਰ ਪਿੰਡ ਵਿੱਚ 5-5 ਕੋਵਿਡ ਵਾਰੀਅਰਸ ਅਸੀਂ ਬਣਾਏ ਨੇ ਜਿਹੜੇ ਸਾਡੇ ਯੂਥ ਨਾਲ ਤਾਲੁਕ ਰੱਖਦੇ ਆ ਜਦੋਂ ਪਿੰਡ ਵਿੱਚ ਕੋਈ ਕੇਸ ਆਂਦਾ ਹੈ ਉਹ ਇਮੀਡੀਏਟ ਸਾਨੂੰ ਦੱਸਦੇ ਆ ਅਸੀਂ ਉਸ ਮੁਤਾਬਕ ਆਪਣੇ ਜਿਹੜਾ ਕੋਵਿਡ ਵਾਰੀਅਰ ਉਸ ਪਿੰਡ ਦਾ ਹੈਗਾ ਉਹਨੂੰ ਇਮੀਡੀਏਟ ਕਿੱਟਾਂ ਪਹੁੰਚਾ ਦਿੱਤੀਆਂ ਨੇ ਉਹ ਉਹਨਾਂ ਨੂੰ ਪ੍ਰੋਵਾਈਡ ਕਰ ਦਿੰਦਾ ਇਹ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਆਪਣੇ ਇਲਾਕੇ ਦੇ ਕਿਸੇ ਵੀ ਪਰਿਵਾਰ ਨੂੰ ਕਿਸੇ ਬੰਦੇ ਨੂੰ ਕੋਵਿਡ ਦਾ ਨੁਕਸਾਨ ਨਾ ਹੋਵੇ ਬਚਨ ਸਰ ਅਕਸਰ ਕੋਵਿਡ ਵਰਗੀ ਬਿਮਾਰੀ ਨੂੰ ਦੇਖ ਕੇ ਕਰੋਨਾ ਵਰਗੀ ਬਿਮਾਰੀ ਨੂੰ ਲੈ ਕੇ ਹਰ ਕੋਈ ਉੱਤੋਂ ਦੂਰ ਭੱਜਦਾ ਪਰ ਕਿ ਫਤੇ ਜੰਗ ਸਿੰਘ ਬਾਜਵਾ ਆਪਣੇ ਹਲਕੇ ਦੇ ਜਿਹੜੇ ਵੋਟਰ ਸੀ ਸਪੋਰਟਰ ਸੀ ਜਦ ਹਲਕੇ ਦੀ ਜਨਤਾ ਹੈ ਉਹਨਾਂ ਦੇ ਨਾਲ ਕਿਸ ਤਰ੍ਹਾਂ ਸੰਨੀ ਰੱਖਿਆ ਉਹਨਾਂ ਦੇ ਨਾਲ ਮੁਲਾਕਾਤਾਂ ਕਿਵੇਂ ਰਹੀਆਂ ਕਿ ਦੂਰੀ ਰਹੀ ਹੈ ਕੋਵਿਡ ਕਰਕੇ ਜਾਂ ਇਸ ਕਰੋਨਾ ਕਰਕੇ ਦੇਖੋ ਅਸੀਂ ਕੋਸ਼ਿਸ਼ ਕੀਤੀ ਹੈ ਵੀ ਦੂਰੀ ਨੂੰ ਵੱਧ ਵੱਧ ਘਟਾਇਆ ਜਾਏ ਹਰ ਬੰਦੇ ਨੂੰ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਵੀ ਕੋਵਿਡ ਨੇ ਕਿਸੇ ਨੂੰ ਪੁੱਛ ਕੇ ਕੁੰਡੀ ਖੜਕਾ ਕੇ ਨਹੀਂ ਆਣਾ ਇਹਦੇ ਤੁਹਾਨੂੰ ਜਿਹੜੇ ਨਿਯਮ ਨੇ ਉਹਨਾਂ ਨੂੰ ਬੜੇ ਸ਼ਕਤੀ ਦੇ ਨਾਲ ਜਿਹੜਾ ਹੈ ਲਾਗੂ ਕਰਨੇ ਚਾਹੀਦੇ ਨੇ ਉਹ ਨਿਯਮ ਫਾਲੋ ਕਰਨੇ ਚਾਹੀਦੇ ਨੇ ਨਿਯਮ ਫਾਲੋ ਕਰ ਰਹੇ ਆ ਲੋਕਾਂ ਨਾਲ ਟੈਲੀਫੋਨ ਤੇ ਸਾਡੀ ਰੋਜ਼ ਤਕਰੀਬਨ 4-500 ਕਾਲ ਹੁੰਦੀ ਹੈ ਆਪਣੇ ਵਰਕਰਸ ਦੇ ਨਾਲ ਅ ਬਾਕੀ ਅ ਮੇਰਾ ਹਲਕੇ ਦੇ ਵਿੱਚ ਹਰ ਹਫਤੇ ਅਸੀਂ ਫਰਡੇ ਟਿਲ ਮੰਡੇ ਇੱਥੇ ਰਹਿਨੇ ਆ ਪਰ ਆ ਪਿਛਲੇ 20 ਦਿਨ ਕਿਉਂਕਿ ਪਿੱਛੇ ਇਲੈਕਸ਼ਨ ਸੀਗੇ ਮਿਊਨਿਸਪਲ ਕਮੇਟੀ ਦੀਆਂ ਸਾਰਾ ਕੁਝ ਇੱਥੇ ਲਗਾਤਾਰ ਰਹੇ ਆ ਤੇ ਆ 10 15 20 ਦਿਨ ਜਿਹੜੀ ਐ ਇਹ ਨਹੀਂ ਸੀ ਆ ਸਕੇ ਪਰ ਸਾਡੀ ਜਿਹੜੀ ਮੂਵਮੈਂਟ ਸੀ ਸਾਡੀ ਜਿਹੜੀ ਐਕਟੀਵਿਟੀ ਸੀ ਉਹ ਲਗਾਤਾਰ ਚੱਲੂ ਸੀ ਮੈਂ ਮੈਂ ਆਪਣੇ ਉਹਨਾਂ ਨੌਜਵਾਨ ਬੱਚਿਆਂ ਨੂੰ ਵਧਾਈ ਦੇਣਾ ਚਾਹਨਾ ਜਿਹੜੇ ਮੇਰੇ ਆਫਿਸ ਦਾ ਸਾਰਾ ਬੈਕ ਆਫਿਸ ਦਾ ਸਾਰਾ ਕੰਮ ਸੰਭਾਲਦੇ ਨੇ ਉਹਨਾਂ ਦੇ ਉਹਨਾਂ ਨੇ ਮੇਰੀ ਇੱਥੇ ਗੈਰਹਾਜ਼ਰੀ ਲੋਕਾਂ ਨੂੰ ਰੜਕਨ ਨਹੀਂ ਦਿੱਤੀ ਅਸੀਂ ਸਰਕਾਰ ਦੀਆਂ ਦਿੱਤੀਆਂ ਹਰ ਸਕੀਮਾਂ ਚਾਹੇ ਉਹ ਡਿਵੈਲਪਮੈਂਟ ਦੀਆਂ ਨੇ ਚਾਹੇ ਕਿਸੇ ਕਿਸਮ ਦੀਆਂ ਨੇ ਉਹ ਅਸੀਂ ਪੰਜਾਬ ਦੇ ਵਿੱਚ ਉਂਗਲ ਖੜੀ ਕਰਕੇ ਕਹਿੰਦੇ ਆ ਵੀ ਅਸੀਂ ਬਹੁਤ ਵਧੀਆ ਕੰਮ ਕਰਦੇ ਆ